ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ GMG ਵਲੌਗਸ ਵਿੱਚ ਵੈਲਕਮ ਹੈ। ਅੱਜ ਅਸੀਂ ਬਣਾਉਂਗੇ ਕੋਫਤੇ ਦੀ ਸਬਜ਼ੀ। ਅਸੀਂ ਤੁਹਾਨੂੰ ਲਾਸਟ ਵੀਕ ਦਿਖਾਇਆ ਸੀ ਕਿ ਕੋਫਤੇ ਕਿੱਦਾਂ ਬਣਦੇ ਆ, ਅਤੇ ਅਸੀਂ ਉਹਨੂੰ ਫਰੀਜ਼ ਕੀਤਾ ਹੋਇਆ ਆ, ਅਤੇ ਤੁਸੀਂ ਉਹਨੂੰ ਅਰਾਊਂਡ 2 ਮੰਥਸ ਫਰੀਜ਼ ਕਰ ਸਕਦੇ ਹੋ, ਅਤੇ ਜਦੋਂ ਮਰਜ਼ੀ ਤੁਹਾਡੇ ਦਿਲ ਕਰੇ ਤੁਸੀਂ ਬਣਾ ਸਕਦੇ ਸਬਜ਼ੀ। ਅਤੇ ਅੱਜ ਅਸੀਂ ਪਾਰਟ 2 ਵਿੱਚ ਤੁਹਾਨੂੰ ਦਿਖਾਉਂਗੇ ਕਿ ਉਹਦੀ ਸਬਜ਼ੀ ਕਿੱਦਾਂ ਬਣਦੀ ਹੈ। ਬਹੁਤ ਸਿੰਪਲ ਰੈਸਪੀ ਹੈ, ਅਤੇ ਚਲੋ ਸ਼ੁਰੂ ਕਰਦੇ ਹਾਂ। ਸੋ ਪਹਿਲਾਂ ਅਸੀਂ ਆਪਣੇ ਪੈਨ 'ਚ 2 ਟੇਬਲ ਸਪੂਨ ਤੇਲ ਪਾ ਦੇਣਾ ਆ, ਅਤੇ ਅਸੀਂ ਪਹਿਲਾਂ ਆਪਣਾ ਤੜਕਾ ਲਾਉਂਦੇ ਹਾਂ। ਸੋ ਹੁਣ ਅਸੀਂ ਇਹਦੇ ਵਿੱਚ 2 ਚਮਚੇ ਜੀਰਾ ਪਾਏ ਆ, ਕਿਊਮਨ ਸੀਡਸ, ਅਤੇ ਜਦੋਂ ਤੇਲ ਗਰਮ ਹੋ ਗਿਆ ਤਾਂ ਫਿਰ ਅਸੀਂ ਤੁਹਾਨੂੰ ਨੈਕਸਟ ਸਟੈਪ ਦੱਸਦੇ ਹਾਂ। ਹੁਣ ਅਸੀਂ ਇਹਦੇ ਵਿੱਚ ਪਿਆਜ਼ ਪਾਉਂਗੇ। ਅਸੀਂ 4 ਪਿਆਜ਼ ਚੋਪ ਕੀਤੇ ਸੀਗੇ, ਅਤੇ ਇਹਨਾਂ ਨੂੰ ਕੁੱਕ ਕਰ ਲੈਂਦੇ ਹਾਂ। ਸਾਡੇ ਪਿਆਜ਼ ਹਾਫ ਕੁੱਕ ਹੋ ਗਏ ਆ, ਅਤੇ ਹੁਣ ਅਸੀਂ ਇਹਦੇ ਵਿੱਚ ਆਪਣਾ ਅਦਰਕ ਅਤੇ ਲਸਣ ਪਾ ਦੇਣਾ ਆ। ਅਤੇ ਮੈਂ ਉਸ ਤੁਹਾਨੂੰ ਦੱਸਤਾ ਕਿ ਜਿਹੜੀ ਅਸੀਂ ਬਣਾਉਣ ਲੱਗੇ ਆ ਰੈਸਪੀ, ਇਹ ਜਿਹੜੇ ਕੋਫਤੇ ਤਰੀ ਵਾਲੇ ਆ ਅਤੇ ਮਲਾਈ ਕੋਫਤਾ ਨਹੀਂ ਆ, ਕਿਉਂਕਿ ਮਲਾਈ ਕੋਫਤੇ 'ਚ ਪਹਿਲਾਂ ਡਰਾਈ ਫਰੂਟ ਅਤੇ ਇੰਨਾ ਕਰੀਮ ਵੀ ਪਾ ਸਕਦੇ ਹੋ, ਅਤੇ ਉਹ ਸਾਨੂੰ ਕਿਸੇ ਹੋਰ ਵਾਰੀ ਦਿਖਾਉਂਗੇ। ਪਰ ਇਹ ਵਾਲੇ ਅਸੀਂ ਤਰੀ ਵਾਲੇ ਬਣਾਉਣੇ ਆ, ਸੋ ਇਹਨੂੰ ਅਸੀਂ ਬਲੈਂਡ ਨਹੀਂ ਕਰਨਾ, ਅਸੀਂ ਇੱਦਾਂ ਰੱਖਣਾ ਆ। ਸੋ ਅਸੀਂ ਹੁਣ ਇਹਨੂੰ ਫਿਊ ਕੁ ਮਿੰਟ ਅਸੀਂ ਕੁੱਕ ਕਰਨਾ ਆ, ਅਤੇ ਤੁਸੀਂ ਦੇਖਿਆ ਹੁਣ ਅਸੀਂ ਮਿਰਚਾਂ ਵੀ ਪਾ ਕੇ 2 ਛੋਟੀਆਂ ਜੀਆਂ, ਅਤੇ ਚਲੋ ਹੁਣ ਇਹਨੂੰ ਕੁੱਕ ਕਰ ਲੈਂਦੇ ਹਾਂ। ਸੋ ਸਾਡਾ ਤੜਕਾ ਹੋ ਗਿਆ, ਅਤੇ ਚਲੋ ਇਹ 'ਚ ਮਸਾਲੇ ਪਾਉਂਦੇ ਹਾਂ। ਇਹ 'ਚ ਅਸੀਂ ਪਾਉਣਾ ਲੂਣ, ਗਰਮ ਮਸਾਲਾ, ਲਾਲ ਮਿਰਚ, ਹਲਦੀ, ਕਸੂਰੀ ਮੇਥੀ, ਥੋੜ੍ਹੀ ਜਿਹੀ ਕਾਲੀ ਮਿਰਚ, ਟਿਪੀਕਲ ਮਸਾਲੇ ਜਿਹੜੇ ਹੁੰਦੇ ਆ ਉਹ ਪਾਉਣੇ ਆ ਅਸੀਂ, ਅਤੇ ਮੈਂ ਪਾ ਕੇ ਤੁਹਾਨੂੰ ਮਿਲਦੀ ਹਾਂ। ਸੋ ਗਾਇਜ਼, ਇਹਨੂੰ ਅਸੀਂ ਕੰਬਾਈਨ ਕਰਤਾ, ਅਤੇ ਹੁਣ ਅਸੀਂ ਇਹਦੇ 'ਚ ਥੋੜ੍ਹਾ ਜਿਹਾ ਕਿਚਨ ਕਿੰਗ ਪਾ ਦੇਣਾ ਪਾਊਡਰ, ਅਤੇ ਇਹਨੂੰ ਫਿਰ ਤੋਂ ਕੰਬਾਈਨ ਕਰ ਲੈਂਦੇ ਹਾਂ। ਅਤੇ ਇਹਦੇ ਵਿੱਚ ਅਸੀਂ ਪਾਉਣਾ ਥੋੜ੍ਹਾ ਜਿਹਾ ਰੋਸਟਡ ਕਰੀ ਪਾਊਡਰ, ਇਹ ਬਹੁਤ ਟੇਸਟੀ ਹੁੰਦਾ ਆ, ਸੋ ਇਹਨਾਂ ਫਲੇਵਰ ਬਹੁਤ ਵਧੀਆ ਆਉਂਦਾ। ਐਂਡ ਲਾਸਟ ਮਸਾਲਾ ਹੈਗਾ ਦੇਗੀ ਮਿਰਚ, ਇਹ ਥੋੜ੍ਹੀ ਜ਼ਿਆਦਾ ਪਾਣੀ, ਕਿਉਂਕਿ ਇਹਨੇ ਸਪਾਈਸੀ ਨਹੀਂ ਹੁੰਦੀ, ਸਿਰਫ ਕਲਰ ਦਿੰਦੀ ਆ, ਅਤੇ ਇਹਨੂੰ ਕੰਬਾਈਨ ਕਰ ਲੈਂਦੇ ਹਾਂ। ਗਾਇਜ਼, ਮੈਂ ਤੁਹਾਨੂੰ ਦੱਸਣਾ ਭੁੱਲ ਗਈ, ਪਰ ਅਸੀਂ ਇਹਦੇ 'ਚ ਥੋੜ੍ਹਾ ਜਿਹਾ ਪਾਣੀ ਵੀ ਪਾਇਆ ਸੀਗਾ ਤਾਂ ਕਿ ਇਹਦਾ ਪੇਸਟ ਵੀ ਬਣ ਜਾਵੇ, ਅਤੇ ਉਹਦਾ ਜ਼ਿਆਦਾ ਡਰਾਈ ਹੋ ਗਿਆ ਸੀ ਮਸਾਲੇ ਕਰਕੇ, ਅਤੇ ਮੈਂ ਤੁਹਾਨੂੰ ਨੈਕਸਟ ਸਟੈਪ ਦੱਸਦੀ ਹਾਂ। ਸੋ ਹੁਣ ਅਸੀਂ ਇਹਦੇ 'ਚ ਥੋੜ੍ਹੀ ਜਿਹੀ ਟਮਾਟੋ ਸੌਸ ਪਾਉਣੀ ਆ, ਅਤੇ ਇਹਨੂੰ ਕੰਬਾਈਨ ਕਰ ਲੈਂਦੇ ਹਾਂ। ਅਸੀਂ ਇੱਕ ਕੌਲੀ ਯੂਜ਼ ਕੀਤੀ ਹੈ। ਸੋ ਗਾਇਜ਼, ਤੁਸੀਂ ਦੇਖਿਆ ਹੋਣਾ ਅਸੀਂ ਜਿਹੜੀ ਕੌਲੀ 'ਚ ਸੀਗੀ, ਅਸੀਂ ਥੋੜ੍ਹਾ ਜਿਹਾ ਉਹ 'ਚ ਪਾਣੀ ਪਾ ਕੇ, ਅਤੇ ਹੁਣ ਇਹਨੂੰ ਅਸੀਂ ਰਿੱਝਣ ਦੇਣਾ ਸੌਸ ਨੂੰ, ਅਤੇ ਤਾਂ ਕਿ ਕੁੱਕ ਹੋ ਜਾਵੇ, ਤਾਂ ਫਿਰ ਅਸੀਂ ਤੁਹਾਨੂੰ ਮਿਲਦੇ ਹਾਂ। ਸੋ ਗਾਇਜ਼, ਸਾਡਾ ਰੈਡੀ ਹੋ ਗਿਆ ਆ। ਆਖੋ ਤੇਲ ਵੀ ਵਿੱਚੋਂ ਸਟੀਮ ਹੀ ਬਹੁਤ ਹੈ, ਅਤੇ ਵਿੱਚੋਂ ਸੋਰੀ ਆਖੋ ਸਾਡਾ ਰੈਡੀ ਹੋ ਗਿਆ ਤੜਕਾ, ਅਤੇ ਜਿਹੜਾ ਤੇਲ ਵੀ ਵਿੱਚੋਂ ਅਲੱਗ ਹੋ ਗਿਆ ਆ ਵਿਚਕਾਰ ਉਹਦੀ, ਅਤੇ ਜਿਹੜੀ ਆਵਾਜ਼ ਪਿੱਛੇ ਅਸੀਂ ਕੈਟਲ ਔਨ ਕੀਤੀ ਆ। ਪਰ ਹੁਣ ਅਸੀਂ ਇਹਦੇ ਵਿੱਚ ਪਾਣੀ ਪਾਉਣਾ ਆ ਤਰੀ ਵਾਸਤੇ, ਅਤੇ ਫਿਰ ਅਸੀਂ ਇਹਦੇ ਵਿੱਚ ਆਪਣੇ ਕੋਫਤੇ ਪਾਉਣੇ ਆ, ਪਰ ਅਸੀਂ ਕਿੰਨਾ ਵਧੀਆ ਬਣਿਆ ਆ। ਚਲੋ ਹੁਣ ਅਸੀਂ ਪਾਣੀ ਪਾ ਦਿੰਦੇ ਹਾਂ, ਅਸੀਂ ਇਹਨੂੰ ਬੋਇਲ ਕੀਤਾ ਹੋਇਆ ਆ, ਅਤੇ ਪਰ ਤੁਸੀਂ ਉਹਦਾ ਠੰਡਾ ਵੀ ਪਾ ਸਕਦੇ ਹੋ, ਤੁਸੀਂ ਬਾਅਦ 'ਚੋਂ ਕੁੱਕ ਕਰ ਸਕਦੇ ਹੋ, ਅਤੇ ਇਹਨੂੰ ਅਸੀਂ ਕੰਬਾਈਨ ਕਰ ਲੈਂਦੇ ਹਾਂ। ਅਸੀਂ ਪਾਣੀ ਥੋੜ੍ਹਾ ਜ਼ਿਆਦਾ ਤਾਂ ਪਾਇਆ, ਕਿਉਂਕਿ ਜਿਹੜੇ ਕੋਫਤੇ ਹੁੰਦੇ ਆ ਉਹ ਪਾਣੀ ਨੂੰ ਸੋਖ ਲੈਂਦੇ ਆ, ਅਤੇ ਫਿਰ ਤਰੀ ਘੱਟ ਰਹਿ ਜਾਂਦੀ ਆ, ਅਤੇ ਅਸੀਂ ਇਸ ਕਰਕੇ ਥੋੜ੍ਹਾ ਪਾਣੀ ਜ਼ਿਆਦਾ ਪਾਇਆ ਆ, ਅਤੇ ਹੁਣ ਇਹਨੂੰ ਅਸੀਂ ਥੋੜ੍ਹੇ ਜਿਹੇ ਕੁੱਕ ਹੁੰਦੇ ਨਾ ਆਇਓ। ਸੋ ਗਾਇਜ਼, ਆਹ ਦੇਖੋ ਸਾਡੀ ਤਰੀ ਰੈਡੀ ਹੋ ਗਈ ਆ, ਅਤੇ ਹੁਣ ਅਸੀਂ ਆਪਣੇ ਕੋਫਤੇ ਪਾ ਲੈਂਦੇ ਹਾਂ। ਤਾਂ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਫਰੀਜ਼ ਕੀਤੇ ਹੋਏ ਸੀਗੇ, ਅਤੇ ਸਾਨੂੰ 1.5 ਘੰਟਾ ਹੋ ਗਿਆ ਕੱਢਿਆ ਉਹਨੂੰ, ਤਾਂ ਕਿ ਥੋੜ੍ਹੇ ਜਿਹੇ ਡੀਫਰੋਸਟ ਹੋ ਜਾਣ, ਉਹਨੂੰ ਫੁੱਲੀ ਨਹੀਂ ਹੋਏ ਪਰ ਉੱਦਾਂ ਹੀਟ ਦੇ ਨਾਲ ਹੋ ਜਾਣੇ ਆ, ਅਤੇ ਹੁਣ ਅਸੀਂ ਇਹਨੂੰ ਕੁੱਕ ਕਰਨਾ ਥੋੜ੍ਹੀ ਦੇਰ, ਅਤੇ ਫਿਰ ਤੁਹਾਨੂੰ ਐਂਡ ਰਿਜ਼ਲਟ ਦਿਖਾਉਂਦੇ ਹਾਂ। ਸੋ ਗਾਇਜ਼, ਸਾਡੀ ਕੋਫਤੇ ਦੀ ਸਬਜ਼ੀ ਹੋ ਗਈ ਰੈਡੀ, ਆਖੋ ਕਿੰਨੀ ਸੋਹਣੀ ਬਣੀ ਆ, ਗ੍ਰੇਵੀ ਵੀ ਐਨ ਚੰਗੀ ਤਰ੍ਹਾਂ ਥਿੱਕ ਹੋ ਗਈ ਆ, ਅਤੇ ਅੱਜ ਦੀ ਵੀਡੀਓ ਤਾਂ ਮੈਂ ਇੱਥੇ ਐਂਡ ਕਰਦੀ ਹਾਂ। ਤੁਹਾਨੂੰ ਪਸੰਦ ਆਈ ਹੋਵੇ ਜ਼ਰੂਰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੀਓ, ਅਤੇ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਮਿਲੂੰਗੀ। ਥੈਂਕਸ ਫੋਰ ਵਾਚਿੰਗ, ਬਾਏ।